ਪਰਮ ਸਤਿਕਾਰਯੋਗ 사ਸੰਗ ਜੀ ਰਸਨਾ ਪਵਿੱਤਰ ਕਰੀਏ ਤਿਆਖੀ ਤਾਨਸੀ ਰਸਾਤਗੁਰੂ ਜਗਜੀਤ ਸਿੰਘ ਜੀ ਤਾਨਸੀ ਰਸਾਤਗੁਰੂ ਉਦੇਸ ਸਿੰਘ ਜੀ 사ਸੰਗ ਜੀ ਸਾਖੀ ਦਾ ਸਿਰਲੇਖ ਹੈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਡੇਰਾ ਪੰਨਾ ਦਿਨਾ ਦੁਖੀਆਂ ਦੇ ਸਹਾਰੇ ਕਿਰਪਾ ਨਿਧਾਨ ਸਤਗੁਰ ਜੀ ਦੀ ਕਿਰਪਾ ਦੀ ਇਕ ਅਲੌਕਿਕ ਸਾਖੀ ਹੈ ਇਹ ਸਾਖੀ ਸੰਬੰਧਿਤ ਹੈ ਗੁਰਮੀਤ ਸਿੰਘ ਜੀ ਜੀਲਾ ਸੰਗਰੂਰ ਦੇ ਇੱਕ ਪਿੰਡ ਧੂਰੀ ਦੇ ਰਹਿਣ ਵਾਲੇ ਇੱਕ ਗੁਰੂ ਪਿਆਰੇ ਸਿੱਖ ਗੁਰਮੀਤ ਸਿੰਘ ਜੀ ਦੱਸਦੇ ਹਨ ਕਿ ਇਹ ਲਗਭਗ ਸਨ 2000 ਦੀ ਵਾਰਤਾ ਹੈ ਕਿ ਉਹਨਾਂ ਦੇ ਚਾਚੇ ਦੇ ਪੁੱਤਰ ਦਲੇਰ ਸਿੰਘ ਜੀ ਉੱਤੇ ਥਰੇਸ਼ਰ ਦੀ ਮਸ਼ੀਨ ਡਿੱਗ ਪਈ ਉਹਨਾਂ ਨੂੰ ਬੜੀਆਂ ਹੀ ਸੱਟਾਂ ਲੱਗੀਆਂ ਸਾਰਾ ਸਰੀਰ ਆਕੜ ਗਿਆ ਪੀੜਾ ਨਾਲ ਬਹੁਤ ਬੁਰਾ ਹਾਲ ਹੋਇਆ ਉਹਨਾਂ ਨੂੰ ਮੰਜੇ ਤੇ ਪਾ ਕੇ ਤਹਿਸੀਲ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰ ਲਿਆ ਅਤੇ ਬੈੱਡ ਤੇ ਲਟਾ ਕੇ ਸਰੀਰ ਦੇ ਦੋਹਾਂ ਪਾਸਿਆਂ ਨਾਲ ਭਾਰ ਵਨ ਕੇ ਲਟਾ ਦਿੱਤਾ ਉਹ ਆਪਣੀ ਸਰੀਰਕ ਕ੍ਰਿਆ ਕਰਨ ਤੋਂ ਵੀ ਅਸਮਰਥ ਹੋ ਗਏ ਉਹਨਾਂ ਦੀ ਸੱਜੀ ਲੱਤ ਤੇ ਬਿਲਕੁਲ ਹੀ ਸੁਨ ਹੋ ਗਈ ਡਾਕਟਰਾਂ ਦੇ ਕਹਿਣ ਮੁਤਾਬਿਕ ਉਹਨਾਂ ਦੀਆਂ ਲੱਤਾਂ ਬਿਲਕੁਲ ਨਕਾਰਾ ਹੋ ਗਈਆਂ ਸਨ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਠੀਕ ਹੋ ਸਕਦੀਆਂ ਹਨ ਪਰ ਉਮੀਦ ਬਹੁਤ ਘਟ ਹੈ ਘਰ ਵਾਲਿਆਂ ਨੂੰ ਬੜੀ ਚਿੰਤਾ ਲੱਗ ਗਈ ਕਿ ਹੁਣ ਕੀ ਬਣੇਗਾ ਉਸ ਪਿੰਡ ਦੇ ਇੱਕ ਸੰਤ ਹਜ਼ਾਰਾ ਸਿੰਘ ਜੀ ਘਰਾਂ ਘਰਾਂ ਵਿੱਚ ਹਾਰ ਵੀਰਵਾਰ ਨੂੰ ਨਿਤਨੇਮ ਕਰਾਉਂਦੇ ਹੁੰਦੇ ਸਨ ਦਲੇਰ ਸਿੰਘ ਜੀ ਨੂੰ ਸੱਟ ਲੱਗਣ ਤੋਂ 3-4 ਦਿਨਾਂ ਬਾਅਦ ਵੀਰਵਾਰ ਸੀ ਘਰ ਵਾਲਿਆਂ ਨੇ ਸੰਤ ਹਜ਼ਾਰਤ ਸਿੰਘ ਜੀ ਨੂੰ ਅਰਜ਼ ਕੀਤੀ ਕਿ ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਦਲੇਰ ਸਿੰਘ ਜੀ ਦਾ ਕਸ਼ਟ ਦੂਰ ਹੋ ਜਾਵੇ ਅਤੇ ਉਹ ਠੀਕ ਹੋ ਕੇ ਘਰ ਆਉਣ ਸੰਤਾ ਨੇ ਨੀਤ ਨਿਮ ਦੀ ਸਮਾਪਤੀ ਤੇ 사ਤਗੁਰ ਜੀ ਦੇ ਚਰਣਾ ਵਿਚ ਅਰਦਾਸ ਕੀਤੀ ਰਾਤ ਨੂੰ 8 ਵਜੇ ਅਰਦਾਸ ਹੋਈ ਅਤੇ ਉਹ ਸੇਵਕ 8 ਵਜੇ ਹੀ ਦਲੇਰ ਸਿੰਘ ਜੀ ਨੂੰ ਸੁਪਨੇ ਵਿੱਚ 사ਤਗੁਰ ਜੀ ਦੇ ਦਰਸ਼ਨ ਹੋਏ 사ਤਗੁਰ ਜੀ ਦਾ ਸਰੀਰ ਲੰਮਾ ਸੀ ਪਰ ਦਲੇਰ ਸਿੰਘ ਜੀ ਨੂੰ ਚਿਹਰੇ ਦੇ ਪੂਰੀ ਦਰਾਦਰਸ਼ਨ ਨਹੀਂ ਹੋਏ ਉਹਨਾਂ ਨੂੰ ਸਮਝਨ ਆਈ ਕਿ ਉਹ 사ਤਗੁਰ ਰਾਮ ਸਿੰਘ ਜੀ ਸਨ ਕਿ 사ਤਗੁਰ ਪ੍ਰਤਾਪ ਸਿੰਘ ਜੀ ਸਨ ਸਤਗੁਰੂ ਜੀ ਨੇ ਪੁੱਛਿਆ ਸਿੱਖਾ ਤੇਰੀ ਕਿਹੜੀ ਲੱਤ ਪੀੜ ਹੁੰਦੀ ਹੈ ਦਲੇਰ ਸਿੰਘ ਜੀ ਨੇ ਸੱਜੀ ਲੱਤ ਨੂੰ ਹੱਥ ਲਾ ਕੇ ਕਿਹਾ ਕਿ ਇਹ ਵਾਲੀ ਲੱਤ ਪੀੜ ਹੁੰਦੀ ਹੈ ਸਤਗੁਰੂ ਜੀ ਨੇ ਦੋਹਾ ਲੱਤਾਂ ਨੂੰ ਫਾੜ ਕੇ ਝਟਕਾ ਮਾਰਿਆ ਅਤੇ ਇੱਟਾਂ ਫਾੜ ਕੇ ਪਰਾਂ ਸੁਟੀਆਂ ਲੱਤਾਂ ਖਿੱਚਣ ਤੇ ਦਲੇਰ ਸਿੰਘ ਜੀ ਦੀਆਂ ਚੀਕਾਂ ਨਿਕਲ ਗਈਆਂ ਉਸੇ ਕੜੀ ਸਤਗੁਰੂ ਜੀ ਬਾਹਰ ਨਿਕਲ ਗਏ ਅਤੇ ਦਲੇਰ ਸਿੰਘ ਜੀ ਦੀਆਂ ਅੱਖਾਂ ਖੁੱਲ ਗਈਆਂ। ਉਹਨਾਂ ਨੇ ਸਾਧਗੁਰ ਜੀ ਦੇ ਬਾਹਰ ਜਾਂਦਿਆਂ ਦੀ ਪਿੱਛੋਂ ਨਹੀਂ ਦਰਸ਼ਨ ਕੀਤੇ। ਸਾਧਗੁਰ ਜੀ ਦਾ ਸਰੀਰ ਬੜਾ ਲੰਮਾ ਸੀ। ਅਗਲੇ ਦਿਨ ਸਵੇਰੇ ਇੱਕ ਚਮਤਕਾਰ ਹੋ ਗਿਆ। ਦਲੇਰ ਸਿੰਘ ਜੀ ਨੇ ਉੱਠ ਕੇ ਆਪਣੀ ਕਿਰਿਆ ਆਪ ਹੀ ਸੰਭੀ। ਉਹਨਾਂ ਦੀ ਪੀੜ ਬਿਲਕੁਲ ਖਤਮ ਹੋ ਗਈ ਸੀ। ਡਾਕਟਰ ਵੀ ਕੇ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਠੀਕ ਹੋ ਗਏ ਹਨ। ਕਾਰ ਵਾਲਿਆਂ ਨੇ ਡਾਕਟਰ ਅਨੁਸਾਰੀ ਗੱਲ ਦੱਸੀ ਡਾਕਟਰ ਵੀ ਸਾਧਗੁਰ ਜੀ ਨੂੰ ਤਾਂ-ਤਾਂ ਕਹਿਣ ਲੱਗ ਪਏ ਉਹਨਾਂ ਨੇ ਅਗਲੇ ਦਿਨ ਦਲੇਰ ਸਿੰਘ ਜੀ ਨੂੰ ਛੁੱਟੀ ਦੇ ਦਿੱਤੀ ਦਲੇਰ ਸਿੰਘ ਜੀ ਘਰ ਆ ਕੇ ਨਾਰਮਲ ਹਾਲਤ ਵਿੱਚ ਘਰ ਦਾ ਕੰਮਕਾਰ ਕਰਨ ਲੱਗ ਪਏ ਅੱਜ ਤੱਕ ਉਹਨਾਂ ਨੂੰ ਲੱਤ ਦੀ ਕੋਈ ਵੀ ਤਕਲੀਫ ਨਹੀਂ ਹੋਈ ਜਦ ਕਿ ਪਹਿਲਾਂ ਲੱਗਦਾ ਸੀ ਕਿ ਉਹ ਅਪੰਗ ਹੋ ਜਾਣਗੇ ਪਹਿਲਾ ਉਹਨਾਂ ਨੂੰ ਡਿਸਕ ਦੀ ਤਕਲੀਫ ਰਹਿੰਦੀ ਸੀ ਪਰ ਸਾਧਗੁਰ ਜੀ ਦੀ ਕਿਰਪਾ ਨਾਲ ਉਹ ਪਹਿਲਾਂ ਨਾਲੋਂ ਵੀ ਤੰਦਰੁਸਤ ਹੋ ਗਏ ਹਨ ਅੱਜਕੱਲ੍ਹ ਉਹ ਯੂਪੀ ਦੀ ਤਹਿਸੀਲ ਪੀਲੀਬੀਟ ਵਿੱਚ ਰਹਿੰਦੇ ਹਨ ਐਸੀ கருਣਾ ਨਿਧਾਨ ਕਾਮਲ ਕਿਰਪਾਲ ਦੁਖ-ਦੋਖ ਰहत ਦਾਤਾ ਦਿਆਲ ਸਾਧਗੁਰ ਜੀ ਨੂੰ ਤਾਨ ਤਾਨ ਕਹਿੰਦਿਆ ਉਹਨਾਂ ਦੇ ਚਰਨਾਂ ਤੇ ਨਿਮਰਤਾ ਸਹਿਤ ਮਸਤਕ ਨਿਵਾਲਈ ਇੱਕ ਹੋਰ ਸਾਖੀ ਹੈ ਪੂਰਨ ਸਤਗੁਰੂ ਅੰਤਰਜਾਮੀ ਹੁੰਦਾ ਹੈ ਸਾਡੇ ਬੜੇ ਵੱਡੇ ਭਾਗ ਹਨ ਸਾਨੂੰ ਸਾਧੂ ਜਗਜੀਤ ਸਿੰਘ ਜੀ ਦੇ ਚਰਣਾ ਦੀ ਛੋਹ ਪ੍ਰਾਪਤ ਹੋਈ ਹੈ ਸਤਗੁਰ ਜੀ ਦੇ ਚਰਣਾ ਦੇ ਪੋਰੇ ਇੱਕ ਸਿੱਖ ਦੀ ਵਾਰਤਾ ਇਸ ਤਰ੍ਹਾਂ ਹੈ ਕਿ ਕਿਸ ਤਰ੍ਹਾਂ ਡਾਕਟਰਾਂ ਵੱਲੋਂ ਦੱਸੀ ਹੋਈ ਇੱਕ ਜਟਿਲ ਬਿਮਾਰੀ ਨੂੰ ਸਾਧਗੁਰ ਜੀ ਨੇ ਸੂਫਨੇ ਵਿੱਚ ਹੀ ਖਤਮ ਕਰ ਦਿੱਤਾ ਸ਼ੀਰੀ ਭੈਣੀ ਸਹਿਬ ਰਹਿਣ ਵਾਲੀ ਬੀਬੀ ਸਿਮਰਤ ਕੌਰ ਸਪੁੱਤਰੀ ਸਨ ਗੁਰਦੀਪ ਸਿੰਘ ਜੀ ਲਾਇਲਪੁਰੀ ਦੱਸਦੇ ਹਨ ਕਿ 1993 ਸੰਦੀ ਵਾਰਤਾ ਹੈ ਕਿ ਡਿਗੜ ਨਾਲ ਉਹਨਾਂ ਦੇ ਪਿਤਾ ਜੀ ਦੀ ਰੀੜ ਦੀ ਹੱਡੀ ਵਿੱਚ ਥੋੜੀ ਜਿਹੀ ਤਰੇੜ ਪੈ ਗਈ ਉਹਨਾਂ ਨੂੰ ਬੜੀ ਪੀੜ ਹੋਣ ਲੱਗ ਪਈ ਘਰ ਦੇ ਉਹਨਾਂ ਨੂੰ ਹਸਪਤਾਲ ਲੈ ਗਏ ਡਾਕਟਰਾਂ ਨੇ ਸੰਤਾ ਨੂੰ ਹਸਪਤਾਲ ਦਾਖਲ ਕਰ ਲਿਆ ਅਤੇ ਸਰੀਰ ਦੇ ਸੱਜੇ ਖੱਬੇ ਦੋਹਾਂ ਪਾਸੇ बोझ लटका के लटा दिता दिन हस्पता रहे उस तो डॉक्टर ने दसा कि इन्हों घर जाके इस तरह बोझ लटका के तीन महीने तक मंजे त लेटना पवेगा तो बाद भी आराम ही करना पवेगा तो कारत कु दिन बाद सतगुरु जी ने मंडी हिमाचल प्रदेश दर्शन दिते। ਉਸੇ ਦਿਨ ਸ਼ਾਮ ਨੂੰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਸਨੇ ਅਰਜ਼ ਕਰਨੀ ਹੈ ਉਹ ਗੁਰਦੁਆਰੇ ਆ ਕੇ ਅਰਜ਼ ਕਰ ਲਵੇ ਗੁਰਦੀਪ ਸਿੰਘ ਜੀ ਬੜੇ ਮਾਯੂਸ ਹੋ ਗਏ ਕਿ ਮੈਂ ਕਿਸ ਤਰ੍ਹਾਂ ਜਾ ਕੇ ਅਰਜ਼ ਕਰ ਸਕਾਂਗਾ ਉਹਨਾਂ ਦੀ ਬੇਟੀ ਸਿਮਰਤ ਨੇ ਜਾ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਮੇਰੇ ਪਿਤਾ ਜੀ ਬੜੇ ਬਿਮਾਰ ਹਨ ਉਹ ਇੱਥੇ ਆ ਨਹੀਂ ਸਕਦੇ ਆਪ ਜੀ ਕਿਰਪਾ ਕਰੋ ਕਿਰਪਾ ਕਰਕੇ ਉਹਨਾਂ ਦਾ ਕਸ਼ਟ ਦੂਰ ਕਰੋ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਮੈਂ ਆਪ ਹੀ ਤੁਹਾਡੇ ਘਰ ਆ ਜਾਵਾਂਗਾ ਸਿਮਰਤ ਨੇ ਘਰ ਆ ਕੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਆਪ ਹੀ ਸਾਡੇ ਘਰ ਚਰਨ ਪਾਉਣ ਲਈ ਆ ਰਹੇ ਹਨ ਘਰ ਵਾਲੇ ਸੋਚਣ ਲੱਗ ਪਏ ਕਿ ਸਾਡੇ ਕੋਲ ਤੇ ਮੱਥਾ ਟੇਕਣ ਜੋਗੇ ਅਤੇ ਪ੍ਰਸ਼ਾਦ ਵੰਡਣ ਜੋਗੇ ਪੈਸੇ ਹੀ ਨਹੀਂ ਅਸੀਂ ਕਿਸ ਤਰ੍ਹਾਂ ਕਰਾਂਗੇ ਘਟ ਘਟ ਦੀ ਜਾਣਨ ਹਾਰ ਅੰਤਰਜਾਮੀ ਸਤਗੁਰ ਜੀ ਉਹਨਾਂ ਦੇ ਘਰ ਚਰਨ ਪਾਉਣ ਹੀ ਨਹੀਂ ਗਏ ਰਾਤ ਨੂੰ ਸੱਚੇ ਪਾਤਸ਼ਾਹ ਜੀ ਨੇ ਸੰਤਾਂ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਬਚਨ ਕੀਤਾ ਕਿ ਉੱਠ ਤੈਨੂੰ ਕੁਝ ਨਹੀਂ ਹੋਇਆ ਤੂੰ ਤੇ ਘੋੜੇ ਵਰਗਾ ਹੈ ਮੁਦਦਾਂ ਹੋ ਕੇ ਲੇਟ ਸੰਤ ਮੁਦਦੇ ਹੋ ਕੇ ਲੇਟੇ ਅਤੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਚਰਨ ਕਮਲ ਸੰਤਾਂ ਦੀ ਰੀੜ ਦੀ ਹੱਡੀ ਉੱਤੇ ਰੱਖ ਦਿੱਤਾ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਸਾਰੀ ਤਕਲੀਫ ਨੂੰ ਦੂਰ ਕਰ ਦਿੱਤਾ। ਸਾਗੁਰ ਜੀ ਨੇ ਹੁਕਮ ਕੀਤਾ ਕਿ ਉਠ ਤੈਨੂੰ ਕੁਝ ਨਹੀਂ। ਸੰਤ ਰਾਤ ਨੂੰ ਬੋਝ ਲਾ ਕੇ ਸੌਂਦੇ ਸਨ ਅਤੇ ਸਵੇਰੇ ਫੇਰ ਉਸੇ ਤਰ੍ਹਾਂ ਬਹਨ ਲੈਂਦੇ ਸਨ। ਉਸ ਦਿਨ ਸਵੇਰੇ ਉੱਠੇ ਤਾਂ ਉਹਨਾਂ ਦੀ ਪੀੜ ਖਤਮ ਹੋ ਚੁੱਕੀ ਸੀ। ਉਹਨਾਂ ਨੂੰ ਬੋਝ ਬਨ ਕੇ ਲੇਟਣ ਦੀ ਲੋੜ ਹੀ ਨਹੀਂ ਪਈ। ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਹੋਇਆ ਸੀ ਕਿ ਤੁਹਾਨੂੰ ਇਸੇ ਤਰ੍ਹਾਂ ਬੋਝ ਲਟਕਾ ਕੇ 3 ਮਹੀਨੇ ਲੇਟੇ ਰਹਿਣਾ ਪਵੇਗਾ ਅਤੇ ਉਸ ਤੋਂ ਬਾਅਦ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਆਵੇਗਾ ਸਤਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਉਹ ਨਿੰਦਰ ਵੀ ਪਲੀ ਹੈ ਜਿਸ ਵਿੱਚ ਸਤਗੁਰੂ ਜੀ ਨੇ ਦਰਸ਼ਨ ਦਿੱਤੇ ਹੋਣ ਐਸੇ ਦੀਨदयाल ਦੁੱਖਾਂ ਨੂੰ ਦੂਰ ਕਰਨ ਵਾਲੀ ਗਰੀਬ ਦੀ ਬਾਤ ਸੱਚੇ ਬਾਦਸ਼ਾਹ ਸਾਗੂ ਜਗਜੀਤ ਸਿੰਘ ਜੀ ਦੇ ਚਰਨਾਂ 'ਤੇ ਕੋਟੀ ਕੋਟੀ ਨਮਸਕਾਰ ਹੈ ਸਾਰੇ ਆਗਲੇ ਡਾਂਸਾਗੂ ਪਟਾਪ ਸਿੰਘ ਜੀ ਡਾਂਸਾਗੂ ਜਗਜੀਤ ਸਿੰਘ ਜੀ